ਦੀ ਹੋ ਗਈ ਹੋਈ ਹੱਲੇ ਗੱਲੇ ਵੇ ਕਿੰਨੇ ਸਾਲਾਂ ਦੀ ਸੀ? ਮੈਂ 12 ਸਾਲ ਦੀ। ਅੱਛਾ, ਸੁਰਤ ਸੀਗੀ ਪੂਰੀ? ਹਾਂ ਸੀਗੀ ਸੁਰਤ। 3 ਸਾਲ ਮਗਰੋਂ ਵਿਆਹ ਸੀ ਮੇਰਾ 15ਵੇਂ ਸਾਲ ਚ। ਲੈ ਨਿੱਕੀ ਜੀ ਵਿਆਹ ਦੀ। 12ਵਾਂ ਸਾਲ ਚ ਵੱਡਾ ਮੁੰਡਾ। ਮੇਰੀ ਜਠਾਣੀ 12 ਸਾਲ ਦੀ ਵਿਆਹ ਸੀ, ਉਹਦੀ ਕੁੜੀ 13 ਸਾਲ ਦੀ ਸੀ। ਓਏ 12 ਸਾਲ ਅੱਗੇ ਦੀ ਵਿਆਹ ਤੇ ਸੀ। ਅੱਗੇ ਤਾਂ ਕਿਹੜਾ ਸਕੂਲ ਆਉਂਦੇ ਸੀ, ਆਉਂਦੇ ਵਿਆਹ ਦਾ ਵਿਆਹ ਨਹੀਂ ਕਰਦੇ, ਪੁਰਨ ਲੱਗੂਗਾ ਤੇ। ਆਹ ਤੁਹਾਡੇ ਨੀ ਪਿੰਡ ਚ ਰੌਲਾ ਸੀ ਜਦੋਂ ਜਦੋਂ ਰੌਲਾ ਪਿਆ ਸੀ? ਰੌਲੇ ਸੀ ਕੀ ਹੁੰਦੇ ਆ, ਹੱਲਾ ਗੁੱਲਾ? ਸਾਡੇ ਕੋਠੇ ਤੇ ਡਲੇ ਡੋਲੇ ਰੱਖੇ ਸੀ। ਅੱਛਾ, ਬਹੁਤ ਓਡ ਸਾਡੇ ਹੈ ਨਹੀਂ ਸੀ ਮੁਸਲਮਾਨ ਇੰਨੇ। ਅੱਛਾ, ਤੇ ਹੁਣ ਸੂਆ ਭਰਿਆ ਹੁੰਦਾ ਲੋਥਾਂ ਦਾ, ਰੱਤੋ ਰੱਤ ਹੋਇਆ ਇੱਕ ਮੁਸਲਮਾਨ ਕੋਲੇ ਰਫਲ ਤੇ ਸਾਡੇ ਨਾਲ ਹੀ ਘਰ ਉਹ ਜਿਹੜੇ ਸਰਪੰਚਾਂ ਦੇ ਵਿਆਹੀ ਕੁੜੀ ਉਹਨਾਂ ਦਾ ਸੀਗਾ ਉਹ ਮੁੰਡਾ, ਤੇ ਉਹਨੂੰ ਆ ਲਾ ਕੇ ਲੈ ਮੇਰੀ ਰਫਲ ਤੇ ਮੇਰੇ ਮਾਰ, ਤੇ ਉਹ ਆ ਲਾ ਕੇ ਮਾਇਆ ਤਨ ਫੜਦਾ ਸੂਹੇ ਤੇ ਚੱਲ ਸੂਹੇ ਤੇ ਜਾ ਕੇ ਜੇ ਉਹਨੂੰ ਫੜਾ ਹੱਥੀ ਜਵਾਰ ਚ ਖਿੱਚੀ ਫਿਰੇ ਦੱਸਦੇ ਮਰ ਗਿਆ। ਜਦੋਂ ਆਖੇ ਲੱਗਦਾ ਇੱਕ ਲੱਛਣਾ ਸੀਗਾ ਵਾਪਸ ਉਹਦੀ ਮਾਂ ਦੀ, ਫਿਰ ਮੈਂ ਤਾਂ ਤੇਰੀ ਲੋਸ ਹੀ ਵੇਖਾ ਦੂਜੇ ਦਿਨ ਉਹੀ ਗੱਲ ਉਹਦੀ ਲੋਸ ਵੇਖੀ ਇੱਥੇ ਆਪਣੀ ਮਰਜ਼ੀ ਆ ਉੱਤੇ ਬਹਿ ਜਾਂਦਾ ਲੋਥਾਂ ਦੇ ਸੂਏ ਦੇ ਉੱਤੇ ਕਿ ਡੰਡਾ ਫੜ ਲੈਂਦਾ ਕਿ ਮੈਂ ਘੋੜੇ ਬਣਾਏ ਆਪ ਸੂਏ ਚ ਆ ਜਾਂਦੇ ਤੇ ਅੜਕ ਅੜੇ ਰਾਤੋ ਰਾਤ ਪੀਂਦਾ ਨੀ ਜੇ ਪਾਣੀ ਵੱਡੋ ਵੱਡ ਸੁੱਟ ਜਿਹੜਾ ਗਿੱਦੜ ਵੇ ਕੋਲ ਲੰਘ ਆ ਸੁਣੀ ਹੋਣੀ ਲੰਘ ਲਾਂਘਾ ਡੇਰਾ ਉੱਥੇ ਬੰਬ ਨੱਪਿਆ ਸੀਗਾ ਉੱਧਰੋਂ ਆਪਣੇ ਹਿੰਦੂਆਂ ਦੀਆਂ ਕੁੜੀਆਂ ਸਿੱਖਾਂ ਦੀਆਂ ਆਈਆਂ ਕਿੱਥੇ ਜੀ ਵੱਡੀ ਸੀ ਕਿਸੇ ਦੇ ਪਿੱਛੇ ਪੇਚ ਲਾਏ ਸੀ ਐਂ ਕਰਕੇ ਕਿਸੇ ਦੀ ਆ ਸਿੱਖ ਵੱਡੀ ਸੀ ਅਤੇ ਬੇਚਰ ਨੰਗ ਇੱਥੇ ਫਿਰ ਜਦੋਂ ਬੰਬ ਡਿੱਗ ਡਿੱਗ ਗਿਆ ਤਾਂ ਗੱਡੀ ਥਾਂ ਹੋ ਗਈ ਉੱਥੇ ਤਾਂ ਬੋਲੀ ਆ ਗੱਡੀ ਜੋ ਨੰਗੇ ਨੇ ਗੱਡੀ ਖੜਕਾ ਨਹੀਂ ਹੁੰਦਾ ਜਮਾਂ ਸਾਡੇ ਘਰ ਵਿਰਕਾ ਵੀ ਨਾਲ ਦੀ ਹੈ ਨਾ ਜਮਾਂ ਮੈਨੂੰ ਤਾਂ ਪਤਾ ਹੁਣ ਵੀ ਨਹੀਂ ਖੜਕਾ ਹੁੰਦਾ ਨਹੀਂ ਹੁੰਦਾ ਉੱਥੇ ਜਿੱਥੇ ਨੇੜੇ ਆ ਸੁਣਦਾ ਨਹੀਂ ਜਮਾਂ ਨੇੜੇ ਆ ਜਿਵੇਂ ਆਪਣੇ ਆਹ ਰਮਾਣੇ